ਪੰਜਾਬ ਤੋਂ ਰੋਜ਼ੀ ਰੋਟੀ ਕਮਾਉਣ ਗਏ ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅਜਿਹਾ ਹੀ ਇੱਕ ਹੋਰ ਤਾਜ਼ਾ ਮਾਮਲਾ ਤਰਨ ਤਾਰਨ ਜ਼ਿਲ੍ਹੇ ਅਧੀਨ ਪੈਂਦੇ ਕਸਬਾ ਭਿੱਖੀਵਿੰਡ ਤੋਂ ਸਾਹਮਣੇ ਆਇਆ ਹੈ, ਜਿੱਥੋਂ ਦੇ ਰਹਿਣ ਵਾਲੇ 32 ਸਾਲਾ ਹਰਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਦੀ ਵਿਦੇਸ਼ ਪੁਰਤਗਾਲ ਵਿੱਚ ਮੌਤ ਹੋ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਕ੍ਰੇਸ਼ੀਆ ਨਾਲ ਲੱਗਾ ਹੀ ਗਿਆ ਪੁਰਤਗਾਲ ਸੀ। ਕੀ ਨਾਮ ਸੀਗਾ? ਹਰਵਿੰਦਰ ਸਿੰਘ। ਤੁਹਾਡਾ ਕੀ ਲੱਗਦਾ ਸੀ? ਮੇਰਾ ਬੇਟਾ ਸੀ। ਤੇ ਡੈਥ ਕਿੱਦਾਂ ਹੋਈ ਹੈ? ਉੱਤੇ ਜਾ ਕੇ ਰਸਤੇ ਚ ਕੋਈ ਢਿੱਲਾ ਹੋਇਆ, ਉੱਤੇ ਜਾ ਕੇ ਬਿਮਾਰ ਹੀ ਹੋਇਆ, ਬੁਖਾਰ ਹੀ ਚੜਿਆ ਸੀ, ਉੱਤੇ ਇਨਫੈਕਸ਼ਨ ਹੋ ਗਈ ਇਹਨੂੰ। ਦੋ ਬੱਚੇ ਉਹਦੇ, ਇੱਕ ਬੇਟੀ ਹੈ ਇੱਕ ਬੇਟਾ ਆ। ਪਵਨਦੀਪ ਕੌਰ। ਜਿਤਨ ਦੇ ਗਿਆ ਉਦਨ ਦੇ ਬਿਮਾਰ, ਕੱਲ ਉਹ ਪੂਰੇ ਹੋ ਗਏ, ਅਟੈਕ ਹੀ ਹੋ ਗਿਆ। ਕਿੰਨੀ ਉਮਰ ਸੀ? ਉਹਨਾਂ ਦੀ 32 ਸਾਲ ਸੀ। ਪਤਾ ਲੱਗਾ ਕੀ ਕਾਰਨ ਰਿਹਾ ਮੌਤ ਦਾ? ਕੁਛ ਪਤਾ ਨੀ ਲੱਗਾ ਕੀ ਕਾਰਨ ਹੋਇਆ। ਜਿਸ ਦਿਨ ਦੇ ਗਿਆ ਉਸ ਦਿਨ ਦੇ ਜਾ ਕੇ ਮੰਜੇ ਤੇ ਪੈ ਗਏ, ਕੁਛ ਪਤਾ ਨੀ ਲੱਗਾ ਸਾਨੂੰ ਕਿ ਉਹਨਾਂ ਨੂੰ ਕੀ ਹੋਇਆ। ਬੋਡੀ ਨੂੰ ਪੰਜਾਬ ਲਿਆਉਣ ਲਈ ਕੁਛ ਕੀਤਾ ਜਾ ਰਿਹਾ ਜਾਂ? ਹਾਂਜੀ, ਪੂਰੇ ਯਤਨ ਕੀਤੇ ਜਾ ਰਹੇ ਕਿ ਬੋਡੀ ਵਾਪਸ ਆਵੇ ਸਾਡੇ ਕੋਲ, ਕਿਉਂਕਿ ਹੁਣ ਤੇ ਸਾਡੇ ਕੋਲ ਉਹ ਹੀ ਆ। ਅਸੀਂ ਆਖਰੀ ਵਾਰੀ ਉਹ ਵੇਖਣਾ ਚਾਹੁੰਦੇ, ਵਾਪਸ ਆਉਣੀ ਚਾਹੀਦੀ। ਕੀ ਨਾਮ ਹੈ? ਮੇਰਾ ਨਾਮ ਰਿੰਦਰ ਸਿੰਘ। ਪਿੰਡ ਕਿਹੜਾ? ਬਿਮਾਰ ਹੋ ਗਿਆ ਮੁੜ ਕੇ, ਪਤਾ ਨੀ ਇਨਫੈਕਸ਼ਨ ਹੋ ਗਈ, ਕੀ ਗੱਲ ਬਣੀ ਕੋਈ ਪਤਾ ਨੀ ਲੱਗਾ। ਕੱਲ ਜਾਣ ਜਾ ਕੇ ਫਿਰ ਮੌਤ ਹੋ ਗਈ। ਕੱਲ ਕਿੰਨੇ ਵਜੇ ਦੀ ਗੱਲ? ਕੱਲ ਇੱਧਰ ਤੇ 12 ਵਜੇ ਦੀ ਗੱਲ ਹੈ। ਪਾਪਾ ਜੀ ਦੀ ਵੀ ਛੋਟਾ ਬਚਪਨ ਚ ਇਹਦੇ ਦੀ ਡੈਥ ਹੋ ਗਈ। ਮੰਗ ਤੇ ਹੁਣ ਇਹੋ ਹੀ ਆ, ਗਾਂ ਬੱਚੇ ਜਵਾਨ ਹੋਣ, ਕੋਈ ਨਾ ਕੋਈ ਸਰਕਾਰ ਵੱਲੋਂ ਕੋਈ ਮਦਦ ਕੀਤੀ ਜਾਵੇ, ਕੋਈ ਨੌਕਰੀ ਕੋਈ ਤਰਸ ਕੀਤਾ ਜਾਵੇ ਪਰਿਵਾਰ ਦੇ। ਕੋਈ ਵਿਦੇਸ਼ ਦੇ ਵਿੱਚ ਹੀ ਆ? ਉਹਨੂੰ ਲਿਆਉਣ ਲਈ ਕੋਈ ਯਤਨ ਕੀਤੇ ਜਾ ਰਹੇ? ਕੋਸ਼ਿਸ਼ ਕੀਤੀ ਜਾ ਰਹੀ ਹੈ, ਬਾਕੀ ਸਰਕਾਰ ਵੱਲੋਂ ਮੰਗ ਹੈ ਜੇ ਕੋਈ ਹੈਲਪ ਕੀਤੀ ਜਾਵੇ ਤਾਂ।